राम राम करता सब जग फिरे, राम न पाया जाए। राम राम करता सब जग फिरे, राम न पाया जाए। राम न पाया जाए, राम न पाया जाए, राम न पाया जाए, राम न पाया जाए। राम राम करता सब जग फिरे, राम न पाया जाए। राम राम करता सब जग फिरे, राम न पाया। सब जग फिरे, राम न पाया जाए। राम राम करता सब जग फिरे, राम न पाया। अगम अगोचर अत वडा, अतुल ना तुलिया जाए, अतुल ना तुलिया जाए। कीमत किने ना पाया, कीमत किने सब जग फिरे, राम न पाया जाए। राम राम करता सब जग फिरे, राम न पाया। सतनाम वाहे गुरु, सतनाम।
ਸਭ ਕੋ ਕਹੇ ਕਿਹਾ ਰਾਮ ਨਾ ਹੋਏ, ਗੁਰ ਪ੍ਰਸਾਦੀ ਰਾਮ ਮਨ ਵਸੇ ਤਾਂ ਫਲ ਪਾਵੈ ਸੋਏ। ਰਾਮ ਰਾਮ ਸਾਰੀ ਦੁਨੀਆ ਜਪ ਰਹੀ ਹੈ, ਸਾਰਾ ਜਗਤ ਜਪ ਰਿਹਾ ਹੈ, ਬਲਕਿ ਵੇਸ਼ਵਾ ਵੀ ਜਦੋਂ ਨਾਚ ਕਰਕੇ ਤੇ ਗੁਰ ਆਉਂਦਾ ਨਾ ਉੱਥੇ ਹਾਏ ਰਾਮ ਕਰਦੀ ਹੈ। ਪਰ ਵੇਸ਼ਵਾ ਦਾ ਰਾਮ ਜਪਣਾ, ਜਗਤ ਦਾ ਰਾਮ ਜਪਣਾ ਤੇ ਮਹਾਂਪੁਰਸ਼ਾਂ ਦਾ ਮਨ ਕਰਕੇ ਰਾਮ ਜਪਣਾ, ਇਹਦੇ ਵਿੱਚ ਬਹੁਤ ਅੰਤਰ ਹੈ, ਫਰਕ ਹੈ। ਬ੍ਰਹਮ ਗਿਆਨੀ ਗੁਰਮੁਖ ਜਨ ਮਹਾਂਪੁਰਖ ਜਦੋਂ ਇੱਕ ਵੇਰਾ ਮੁਖ ਤੋਂ ਰਾਮ ਕਹਿੰਦੇ ਹਨ ਤਾਂ 7 ਕਰੋੜ ਰੋਮ ਵਿੱਚੋਂ ਆਵਾਜ਼ ਆਉਂਦੀ ਹੈ, ਸਤਨਾਮ ਸ੍ਰੀ ਵਾਹਿਗੁਰੂ। ਸਾਡਾ ਮਨ ਹੋਰ ਹੈ, ਮੁੱਖ ਹੋਰ ਹੈ, ਲੋਕਾਂ ਵਿੱਚ ਆਪਣੀ ਪ੍ਰਤਿਸ਼ਠਾ ਵਧਾਉਣ ਲਈ ਅਸੀਂ ਹਰ ਵੇਲੇ ਰਾਮ ਰਾਮ ਵਾਹਿਗੁਰੂ ਅੱਲਾ ਜਪੀ ਜਾ ਰਹੇ ਹਾਂ। ਬਈ ਕੋਈ ਬੰਦਾ ਇਹ ਨਾ ਕਵੇ ਬਈ ਇਹ ਨਾਸਤਕ ਹੈ, ਹਰ ਇੱਕ ਬੰਦਾ ਅਦਬ ਨਾਲ ਕਵੇ ਬਈ ਇਹ ਬੜਾ ਭਗਤ ਹੈ, ਬੜਾ ਗੁਰਮੁਖ ਹੈ, ਬੜਾ ਰੱਬ ਦਾ ਬੰਦਾ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਰਾਮ ਦੇ ਨਾਮ ਨੂੰ ਆਪਣੇ ਆਤਮਾ ਦੀ ਖੁਰਾਕ ਬਣਾ ਲਿਆ, ਰਾਮ ਤਾਂ ਜਪਿਆ ਹੋਇਆ ਉਹਨਾਂ ਦਾ ਸਫਲ ਹੈ। ਰਾਮ ਉਹੀ ਜਪ ਰਿਹਾ ਜੋ ਮਨ ਕਰਕੇ ਜਪ ਰਿਹਾ, ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ। ਜਿਹੜਾ ਦਿਲੋਂ ਮੁਹੱਬਤ ਕਰਕੇ ਉਸ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਇਆ ਹੈ, ਆਖਿਆ ਉਹਦਾ ਰਾਮ ਜਪਿਆ, ਇੱਕ ਵੇਰਾ ਰਾਮ ਜਪਿਆ ਹੋਇਆ ਅਨੇਕ ਕੁਲਾਂ ਦਾ ਉਧਾਰ ਕਰ ਜਾਏਗਾ। ਰਾਮ ਰਾਮ ਤਾਂ ਸਾਰਾ ਜਗਤ ਕਰ ਰਿਹਾ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਗ ਫਿਰੇ, ਰਾਮ ਨ ਪਾਇਆ ਜਾਏ, 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 ਰਾਮ ਨ ਪਾਇਆ ਸਭ ਜਗ ਫਿਰੇ, ਰਾਮ ਨ ਪਾਇਆ ਜਾਏ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ।
ਸਮਾਏ, ਗੁਰ ਕਿਰਪਾ ਤੇ ਰਹਿਣਾ ਸਮਾਏ, ਗੁਰ ਕਿਰਪਾ ਤੇ ਰਹਿਣਾ ਸਮਾਏ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ, 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 ਰਾਮ ਰਾਮ ਕਰਤਾ ਸਭ ਜਗ ਫਿਰੇ, ਸਭ ਜਗ ਫਿਰੇ, ਰਾਮ ਨ ਪਾਇਆ ਜਾਏ, ਨਾਨਕ ਆਪ ਅਮਿਓ ਹੈ, ਗੁਰ ਕਿਰਪਾ ਤੇ ਰੇਹਾ ਸਮਾਏ, ਆਪੇ ਮਿਲਿਆ ਮਿਲ ਰਿਹਾ, ਆਪੇ ਮਿਲਿਆ ਮਿਲ ਰਿਹਾ, ਆਪੇ ਮਿਲਿਆ ਸਭ ਜਗ ਫਿਰੇ, ਰਾਮ ਨ ਪਾਇਆ ਜਾਏ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ, ਅੰਤਰ ਮੈਲ ਜੇ ਤੀਰਥ ਨਾਵੈ ਤਿਸੈ ਬੈਕੁੰਠ ਨਾ ਜਾਣਾ, ਮਨ ਵਿੱਚ ਮੈਲ ਹੈ ਠੱਗੀ ਹੈ ਬੇਈਮਾਨੀ ਹੈ, ਤੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ, ਪਾਠ ਕਰਦਾ ਫਿਰਦਾ, ਦਾਨ ਕਰਦਾ ਫਿਰਦਾ, ਹਜ਼ੂਰ ਕਹਿੰਦੇ ਨੇ ਕਦੇ ਅੱਧਾ ਦਾਣਾ ਬੀਜ ਦਾ ਕਦੇ ਨਹੀਂ ਉੱਗਦਾ, ਜੇ ਸਾਬਤ ਦਾਣਾ ਹੋਵੇਗਾ ਧਰਤੀ ਨੂੰ ਵੱਤਰ ਵਿੱਚ ਲਿਆ ਕੇ ਬੀਜ ਬੋਵੇਗਾ ਤਾਂ ਫਿਰ ਪ੍ਰਫੁੱਲਤ ਹੋਵੇਗਾ, ਔਰ ਬੀਜ ਦੇ ਦਾਣੇ ਨੂੰ ਦੋ ਫਾੜ ਕਰ ਦਈਏ ਤਾਂ ਕਿੱਥੇ ਉੱਗੇਗਾ, ਤੇਰੇ ਅੰਤਰ ਮੈਲ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਸ ਰਹੇ ਹਨ ਜਿਸ ਹਿਰਦੇ ਵਿੱਚ, ਉੱਥੇ ਰਾਮ ਦਾ ਨਿਵਾਸ ਕਿਵੇਂ ਹੋਵੇਗਾ, ਇਸ ਲਈ ਅੰਤਰ ਮੈਲ ਜੇ ਤੀਰਥ ਨਾਵੈ ਤਿਸੈ ਬੈਕੁੰਠ ਨਹੀਂ ਜਾਣਾ, ਸਾਧੂ ਨਾਮ ਕੋਈ ਵਸਤਰਾਂ ਦਾ ਨਹੀਂ ਹੈ, ਕੋਈ ਗੇਰਵੇ ਕੱਪੜੇ ਪਾ ਕੇ ਸਾਧੂ ਨਹੀਂ ਬਣ ਜਾਂਦਾ, ਸਾਧੂਆਂ ਵਾਲੇ ਗੁਣ ਹਿਰਦੇ ਵਿੱਚ ਹੋਵਣ। ਭਗਤ ਨਾਮਦੇਵ ਜੀ
ਬਸਤਰ ਧੋ ਰਹੇ ਸਨ ਤੇ ਥੋੜੀ ਦੂਰ ਤੇ ਹੀ ਇੱਕ ਪਖੰਡੀ ਸਾਧੂ ਬੈਠਾ ਹੈ ਅੱਖਾਂ ਮੀਚ ਕੇ ਸਮਾਧੀ ਲਾ ਕੇ ਬਗਲ ਸਮਾਧੀ ਲਾ ਕੇ ਜੁੜਿਆ ਬੈਠਾ ਇਉਂ ਜਾਪਦਾ ਜਿਵੇਂ ਪਰਮੇਸ਼ਰ ਨਾਲ ਇੱਕ ਮਿਕ ਹੋਇਆ ਪਿਆ ਪਰ ਅੰਦਰੋਂ ਤਾੜ ਲਾਈ ਹੈ ਬਈ ਕੋਈ ਫਸ ਜਾਵੇ। ਇੱਕ ਸ਼ਾਹੂਕਾਰ ਇਸ਼ਨਾਨ ਕਰਨ ਲਈ ਆਇਆ ਨਦੀ ਦੇ ਕਿਨਾਰੇ, ਉਸਨੇ ਬਸਤਰ ਲਹਾ ਕੇ ਰੱਖੇ, ਕੁਝ ਮਾਇਆ ਸੀ ਉਹਦੇ ਇੱਕ ਥੈਲੀ ਵਿੱਚ ਉਹ ਵੀ ਰੱਖ ਦਿੱਤੀ ਤੇ ਜਿਉਂ ਇਸ਼ਨਾਨ ਕਰਕੇ ਬਾਹਰ ਨਿਕਲਿਆ ਬਸਤਰ ਪਹਿਰਨ ਲੱਗਾ ਤਾਂ ਮਾਇਆ ਵਾਲੀ ਥੈਲੀ ਨਜ਼ਰ ਨਹੀਂ ਪਈ ਤੇ ਮਨ ਵਿੱਚ ਸੋਚਿਆ ਬਈ ਇਸ ਸਾਧੂ ਨੇ ਕੀ ਚੁੱਕਣੀ ਹੈ, ਆਹ ਜਿਹੜਾ ਕੱਪੜੇ ਧੋ ਰਿਹਾ ਨਾ ਸ਼ੀਂਬਾ ਇਹ ਇਸੇ ਨੇ ਹੀ ਚੁੱਕੀ ਹੋਵੇਗੀ, ਇਹ ਗਰੀਬ ਆਦਮੀ ਦਾ ਕੰਮ ਹੈ, ਇਹ ਤਾਂ ਸਾਧੂ ਹੈ ਭਗਵਾਨ ਦਾ ਪਿਆਰਾ ਹੈ ਇਹ ਕਿਵੇਂ ਚੁੱਕ ਸਕਦਾ। ਤਾਂ ਭਗਤ ਨਾਮਦੇਵ ਜੀ ਨੂੰ ਫੜ ਲਿਆ ਉਸ ਸ਼ਾਹੂਕਾਰ ਨੇ, ਕਿਉਂ ਇਹ ਕਿੱਥੇ ਹੈ ਮੇਰੀ ਥੈਲੀ ਜਿਹੜੀ ਤੂੰ ਕੱਢੀ ਹੈ, ਮੇਰੀ ਮਾਇਆ ਵਾਪਸ ਕਰਨੀ ਤਾਂ ਮੈਂ ਹੁਣੇ ਕੁਟਵਾਲੀ ਵਿੱਚ ਜਾ ਕੇ ਤੈਨੂੰ ਅੰਦਰ ਕਰਾਉਣਾ। ਬੜਾ ਝਿੜਕਿਆ ਦਬਕਾਇਆ ਭਗਤ ਨਾਮਦੇਵ ਜੀ ਰੱਬ ਦੇ ਰੰਗ ਵਿੱਚ ਮਸਤ ਹੋਏ ਹੋਏ ਪਰਮੇਸ਼ਰ ਦੇ ਰੰਗ ਨੂੰ ਵੇਖਦੇ ਹੋਏ ਮੁਸਕਰਾ ਰਹੇ ਸਨ ਕਿ ਹੇ ਨਿਰੰਕਾਰ ਤੇਰੀ ਕੈਸੀ ਲੀਲਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ ਆ। ਮੈਨੂੰ ਗਰੀਬ ਸਮਝ ਕੇ ਢੇਡ ਸਮਝ ਕੇ ਇਸਨੇ ਇੰਜ ਫੜ ਲਿਆ ਜਿਵੇਂ ਮੈਂ ਹੀ ਚੁੱਕੀ ਹੋਵੇ ਤੇ ਹੁਣ ਤੂੰ ਆਪਣੀ ਕਲਾ ਵਰਤਾ, ਤੂੰ ਕੋਈ ਕਿਰਪਾ ਕਰ ਆਪਣੇ, ਕਿਉਂਕਿ ਮੰਦੇ ਚੰਗੇ ਅਸੀਂ ਤੇਰੇ ਹਾਂ ਤੇ ਤੂੰ ਸਾਡੀ ਲਾਜ ਰੱਖਣੀ ਹੈ। ਬੜੇ ਲੋਕ ਇਕੱਠੇ ਹੋ ਗਏ, ਸੇਠ ਕਹਿਣ ਲੱਗਾ ਇਸੇ ਨਹੀਂ ਚੁੱਕੀ ਹੈ, ਕਿਸੇ ਹੋਰ ਨੇ ਨਹੀਂ ਚੁੱਕੀ, ਇਹ ਕੱਪੜੇ ਧੋ ਰਿਹਾ ਸੀ। ਤੇ ਨਿਰੰਕਾਰ ਦੀ ਨੇਤ ਐਸੀ ਹੋਈ ਕਿ ਜਿਹੜਾ ਬਗਲ ਸਮਾਧ ਲਗਾ ਕੇ ਪਖੰਡੀ ਸਾਧੂ ਬੈਠਾ ਹੋਇਆ ਸੀ ਨਾ, ਇੱਕ ਐਸੀ ਹਵਾ ਦਾ ਝੋਲਾ ਆਇਆ ਕਿ ਜਿਹੜੀ ਚਾਦਰ ਉਸਨੇ ਵਿਛਾਈ ਹੋਈ ਸੀ ਉਹ ਚਾਦਰ ਜਿਹੜੀ ਹੈ ਉਹ ਉਸਦੇ ਉੱਪਰ ਜਾ ਪਈ ਉੱਡ ਕੇ ਤੇ ਥੱਲਿਓਂ ਥੈਲੀ ਨਜ਼ਰ ਆ ਗਈ ਬਈ ਉਹ ਪਈ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੋ ਐਸਾ ਰਾਮ ਜਪਿਆ ਹੋਇਆ ਤੇਰਾ ਕਿਸ ਕੰਮ ਹੈ ਬਈ, ਜੇ ਤੂੰ ਮਾਲਾ ਦੇ ਮਣਕੇ ਤੇ ਮਣਕਾ ਮਾਰੀ ਆਉਣਾ ਮਾਲਾ ਫੇਰੇ ਤਾਂ ਮਨ ਖੁਸ਼ੀ, ਮਾਲਾ ਤਾਂ ਇਸ ਵਾਸਤੇ ਫੇਰਨੀ ਸੀ ਕਿ ਮਨ ਦਾ ਫੇਰ ਫਿਰ ਜਾਵੇ, ਮਨ ਸੰਸਾਰ ਵੱਲੋਂ ਟੁੱਟ ਕੇ ਨਿਰੰਕਾਰ ਦੇ ਚਰਨਾਂ ਨਾਲ ਜੁੜ ਜਾਵੇ। ਤੇ ਜੇ ਮਾਲਾ ਫੇਰ ਕੇ ਤੂੰ ਲੋਕਾਂ ਨਾਲ ਠੱਗੀਆਂ ਕਰਨੀਆਂ ਹਨ, ਝੂਠ ਬੋਲਨੇ ਹਨ, ਤਾਂ ਫਿਰ ਇਸ ਮਾਲਾ ਫੇਰਨ ਦਾ ਕਿਸ ਕੰਮ ਹੈ। ਮਾਥੇ ਤਿਲਕ ਹੱਥ ਮਾਲਾ ਬਾਣਾ, ਮੱਥੇ ਤੇ ਤਿਲਕ ਲਾਉਣ ਦੇ ਨਾਲ ਔਰ ਹੱਥ ਵਿੱਚ ਮਾਲਾ ਰੱਖਣ ਦੇ ਨਾਲ ਤੂੰ ਕੋਈ ਸੱਚਾ ਭਗਤ ਤਾਂ ਨਹੀਂ ਬਣ ਜਾਵੇਂਗਾ। ਹਜ਼ੂਰ ਦੀ ਬਾਣੀ ਕਹਿ ਰਹੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਹਨ, ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਲਾਉਣਾ ਜਾਣਾ, ਰਾਮ ਨੂੰ ਖਿਲਾਉਣਾ ਹੀ ਸਮਝ ਲਿਆ ਬਈ, ਪਹਿਰਾਵਾ ਪਹਿਨਿਆ ਭਗਤਾਂ ਵਾਲਾ ਤੇ ਭਗਤ ਬਣ ਗਏ, ਸਾਧੂ ਬਣ ਗਏ ਨਹੀਂ, ਸਾਧੂਆਂ ਵਾਲੇ ਗੁਣ ਹੋਣਗੇ। ਤਾਂ ਤੇਰਾ ਇੱਕ ਵੇਰਾ ਵਾਹਿਗੁਰੂ ਆਖਿਆ ਹੋਇਆ
ਇੱਕ ਵੇਰਾ ਰਾਮ ਆਖਿਆ ਹੋਇਆ, ਇੱਕ ਵਾਰੀ ਅੱਲਾ ਆਖਿਆ ਹੋਇਆ, ਉਹਦੇ ਦਰਬਾਰ ਵਿੱਚ ਆਵਾਜ਼ ਪਹੁੰਚੇਗੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇਹ ਮਨ ਇਹੋ ਧਨ ਨਾਮ ਹੈ, ਜਿਤ ਸਦਾ ਸਦਾ ਸੁਖ ਹੋਏ, ਤੋਟਾ ਮੂਲ ਨ ਆਵਈ, ਲਾਹਾ ਸਦ ਹੀ ਹੋਏ, ਖਾਧੈ ਖਰਚੈ ਤੋਟ ਨ ਆਵਈ, ਸਦਾ ਸਦਾ ਉਹ ਦੇ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ। ਘਟ ਅੰਦਰੇ ਆਪੇ ਹੀ ਬਾਹਰ, ਆਪੇ ਗੁਪਤ ਵਰਤਦਾ ਆਪੇ ਹੀ ਜ਼ਾਹਰ, ਜੁਗ ਛਤੀ ਗੁਬਾਰ
ਕਰ ਵਸਿਆ ਗੁਰ ਸ਼ਕਤੀ ਗੁਬਾਰ ਕਰ ਵਰਤਿਆ ਸੁਨਾ ਹਰ ਉਥੇ ਵੇਦ ਪੁਰਾਨ ਨਾ ਸਾਸ਼ਤਾ ਆਪੇ ਹੀ ਨਰ ਹਰ ਬੈਠਾ ਤਾੜੀ ਲਾਏ ਆਪ ਸਭ ਦੂਹੀ ਬਾਹਰ ਆਪਣੀ ਮਿੱਤ ਆਪ ਜਾਣਦਾ ਆਪਣੀ ਮਿੱਤ ਆਪ ਜਾਣਦਾ ਆਪੇ ਹੀ ਗੋਹਰ ਆਪੇ ਹੀ ਗੋਹਰ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨ ਪਾਇਆ ਜਾਏ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨ ਪਾਇਆ ਜਾਏ ਅੰਤਰ ਮਹਿਲ ਜੇ ਤੀਰਥ ਨਾਵੈ ਤਿਸੈ ਬੈਕੁੰਠ ਨਾ ਜਾਣਾ ਲੋਕ ਪਤੀ ਨੇ ਕਛੂ ਨਾ ਹੋਵੇ ਨਾਹੀ ਰਾਮ ਇਆਣਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮ ਗੁਰ ਕੀ ਸੇਵਾ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮ ਗੁਰ ਕੀ ਸੇਵਾ ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮੈਂਢਕ ਨਾਵੇ ਜੈਸੇ ਮੈਂਢਕ ਤੈਸੇ ਇਹੋ ਨਰ ਜੈਸੇ ਮੈਂਢਕ ਤੈਸੇ ਓਏ ਨਰ ਫਿਰ ਫਿਰ ਜੂਨੀ ਆਵੇ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਸ਼ਿਆ ਜਾਈ ਹਰ ਕਾ ਸੰਤ ਮਰੇ ਹੜੰਬੇ ਤਾਂ ਸਗਲੀ ਸ਼ੈਨ ਤਰਾਈ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨ ਪਾਇਆ ਜਾਏ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨ ਪਾਇਆ ਕਬੀਰ ਜੀ ਗੁਰੂ ਕੀ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਭਾਈ ਜੇ ਤੀਰਥ ਤੇ ਨਾਤਿਆਂ ਕਲਿਆਣ ਹੋ ਜਾਂਦੀ ਤਾਂ ਆ ਡੱਡੂ ਮੱਛੀਆਂ ਹਰ ਵੇਲੇ ਪਾਣੀ ਵਿੱਚ ਇਸ਼ਨਾਨ ਕਰ ਰਹੇ ਹਨ ਉਹ ਕਿਉਂ ਨਾ ਕਲਿਆਣ ਹੋ ਗਏ ਜਲ ਕੇ ਮੱਜਨ ਜੇ ਗਤ ਹੋਵੇ ਤੇ ਨਿਤ ਨਿਤ ਮੈਂਢਕ ਨਾਵੇ ਜੈਸੇ ਮੈਂਢਕ ਤੈਸੇ ਓਏ ਨਰ ਜਿਨ੍ਹਾਂ ਨੇ ਤੀਰਥ ਤੇ ਇਸ਼ਨਾਨ ਕਰਕੇ ਮਨ ਕਰਕੇ ਉਸ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਨਾਮ ਨਹੀਂ ਜਪਿਆ ਆ ਤੀਰਥ ਯਾਤਰਾ ਤੇ ਜਾ ਕੇ ਵੀ ਕਈ ਵਾਰਾਂ ਮਨੁੱਖ ਵਪਾਰ ਹੀ ਕਰ ਰਿਹਾ ਹੁੰਦਾ ਹੋਰ ਕੁਝ ਐਸ਼ ਪ੍ਰਸਤੀ ਵਿੱਚ ਪੈ ਜਾਂਦਾ ਜਿਹੜੇ ਕਰਮ ਲਈ ਆਉਂਦਾ ਹੈ ਕਿ ਮਨ ਦੀ ਮੈਲ ਲੱਥੇਗੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਕਿ ਉਹ ਮੈਲ ਲੱਥੀ ਨਹੀਂ ਮੈਲ ਸਗੋਂ ਚੜ ਗਈ ਕਿਉਂਕਿ ਨਾਮਨ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਉ ਲੱਥੀ ਨਾਤਿਆਂ ਦੋ ਪਾ ਚੜੀਏ ਹੋਰ ਗਏ ਤਾਂ ਅਸੀਂ ਮਨ ਦੀ ਮੈਲ ਲਹਾਉਣ ਲਈ
ਤੇ ਉੱਥੇ ਜਾ ਕੇ ਫਜ਼ੂਲ ਕੰਮਾਂ ਵਿੱਚ ਪੈ ਕੇ ਇੱਧਰ ਉੱਧਰ ਮੰਦੇ ਚੰਗੇ ਪਦਾਰਥ ਛੱਕ ਕੇ ਤੇ ਮਨੁੱਖ ਸਗੋਂ ਪਾਪਾਂ ਦੀ ਪੰਡ ਦੂਰੀ ਕਰ ਲੈਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੀਰਥ ਤੇ ਨਾਵਣਾ ਤਾਂ ਉਹਨਾਂ ਦਾ ਚੰਗਾ ਜਿਸ ਨੇ ਪਹਿਲਾਂ ਸਰੀਰ ਦੀ ਸ਼ੁੱਧੀ ਕੀਤੀ ਹੈ, ਫਿਰ ਚੌਕੜਾ ਮਾਰ ਕੇ ਹੱਥ ਜੋੜ ਕੇ ਇਕਾਗਰ ਚਿੱਤ ਹੋ ਕੇ ਉਸਦਾ ਨਾਮ ਜਪੇ, ਉਸਦਾ ਸਿਮਰਨ ਕਰੇ, ਫਿਰ ਤਾਂ ਬਾਈ ਸਵਾਦ ਆ ਗਿਆ ਨਾ ਨਾਮ ਜਪਣ ਦਾ। ਕਬੀਰ ਜੀ ਨੂੰ ਕਿਸੇ ਨੇ ਦੱਸਿਆ ਬਈ ਜੋ ਹੜੰਬਾ ਧਰਤੀ ਹੈ ਨਾ, ਉੱਥੇ ਜਿਹੜਾ ਵੀ ਕੋਈ ਮਨੁੱਖ ਮਰਦਾ ਉਹ ਖੋਤੇ ਦੀ ਜੂਨੀ ਵਿੱਚ ਪੈਂਦਾ। ਇਸ ਧਰਤੀ ਨੂੰ ਮਗਹਰ ਵੀ ਕਹਿੰਦੇ ਹਨ। ਤੇ ਕਬੀਰ ਜੀ ਕਹਿੰਦੇ ਹਨ ਕਿ ਮੈਂ ਤਾਂ ਹੁਣ ਰਹਿਣਾ ਹੀ ਉੱਥੇ ਹੈ, ਕਿਉਂਕਿ ਜੇ ਮਨੋ ਕਠੋਰ ਮਰੇ ਬਨਾਰਸ, ਮਨ ਦਾ ਕਠੋਰ ਹੈ, ਦਇਆ ਨਹੀਂ, ਕੋਈ ਧਰਮ ਨਹੀਂ, ਕੋਈ ਸਿਮਰਨ ਨਹੀਂ, ਤੇ ਕਹਿੰਦਾ ਮੈਂ ਬਨਾਰਸ ਵਿੱਚ ਮਰ ਕੇ ਮੁਕਤ ਹੋ ਜਾਵਾਂਗਾ, ਕਦੇ ਨਹੀਂ ਹੋ ਸਕਦਾ। ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬਾਛਿਆ ਜਾਈ। ਯਾਦ ਰੱਖੋ ਕਬੀਰ ਜੀ ਕਹਿ ਰਹੇ ਹਨ ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ, ਸੇਵਾ ਤੋਂ ਬਿਨਾਂ ਕੋਈ ਵੀ ਮਨੁੱਖ ਨਰਕਾਂ ਵਿੱਚ ਜਾਣ ਤੋਂ ਬਚ ਨਹੀਂ ਸਕਦਾ, ਭਾਵੇਂ ਕਿਤਨੇ ਕਰਮ ਕਾਂਡ ਕਰ ਲਵੇ। ਇਸ ਲਈ ਰਾਮ ਰਾਮ ਕਰਤਾ ਸਭ ਜਗ ਫਿਰੇ, ਹਜ਼ੂਰ ਨੇ ਪਾਖੰਡ ਦੀ ਪੂਜਾ ਨੂੰ ਨਿੰਦਿਆ ਕਿ ਜੋ ਲੋਕ ਵਿਖਾਵਾ ਹੈ। ਅਸੀਂ ਪਾਖੰਡ ਕਈ ਤਰ੍ਹਾਂ ਦੇ ਬਣਾਉਂਦੇ ਹਾਂ, ਉਪਰੋਂ ਅਸੀਂ ਬਹੁਤ ਭਲੇ ਪੁਰਖ ਭਗਤ ਜਨ ਸਾਧੂ ਬਣ ਕੇ ਦੱਸਦੇ ਹਾਂ, ਪਰ ਅੰਦਰ ਐਸੇ ਗੁਣ ਨਹੀਂ ਹੁੰਦੇ। ਹਜ਼ੂਰ ਕਹਿੰਦੇ ਹਨ ਉਹ ਕਦੇ ਨਰਕਾਂ ਤੋਂ ਬਚ ਨਹੀਂ ਸਕਦੇ, ਕਦੇ ਮਾਨਸ ਜਨਮ ਵਿੱਚ ਆ ਕੇ ਲਾਹ ਨਹੀਂ ਖੜ ਸਕਦੇ, ਸਗੋਂ ਆਪਣੇ ਪਾਪਾਂ ਦੀਆਂ ਪੰਡਾਂ ਨੂੰ ਦੂਰਾ ਕਰ ਜਾਣਗੇ। ਇਸ ਲਈ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ, ਰਾਮ ਰਾਮ ਕਰਤਾ ਸਭ ਜਗ ਫਿਰੇ।
ਕਰਤਾ ਸਭ ਜਗ ਫਿਰੇ। ਰਾਮ ਨ ਪਾਇਆ ਜਾਏ। ਰਾਮ ਕਹਿਣ ਮੇਂ ਭੇਦ ਹੈ। ਮਹਾਰਾਜ ਗੁਰੂ ਕੀ ਬਾਣੀ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਰਾਮ ਕਹਿਣ ਮੇਂ ਭੇਦ ਹੈ ਤਾਂ ਮੈਂ ਏਕ ਵਿਚਾਰ। ਹਜ਼ੂਰ ਦਾ ਬਚਨ ਹੈ ਕਿ ਸੋਈ ਰਾਮ ਸਭੇ ਕਹਿ, ਸੋਈ ਰਾਮ ਸਭੇ ਕਹਿ ਸੋਈ ਕੌਤਕ ਹਾਰ। ਰਾਮ ਕਹਿਣ ਵਿੱਚ ਬੜਾ ਭੇਦ ਹੈ। ਨਿਸ਼ਕਾਮਤਾ ਦੇ ਨਾਲ ਕੀਤੀ ਹੋਈ ਭਗਤੀ, ਕੀਤਾ ਹੋਇਆ ਸਿਮਰਨ, ਪਤਾ ਨਹੀਂ ਕਿਤਨੇ ਕੁ ਗੁਣਾ ਵੱਧ ਫਲਦਾਇਕ ਹੁੰਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਸੀਂ ਤਾਂ 15 ਮਿੰਟ ਜਪਜੀ ਸਾਹਿਬ ਦਾ ਪਾਠ ਵੀ ਕਰਨਾ ਹੋਵੇ ਨਾ ਤੇ ਉਹਦੇ ਪਿੱਛੇ ਵੀ ਲਾਈਨ ਲੱਗੀ ਹੁੰਦੀ ਹੈ ਮੰਗਾਂ ਦੀ। ਹੇ ਵਾਹਿਗੁਰੂ ਮੇਰਾ ਆਹ ਕੰਮ ਵੀ ਕਰੀ, ਮੇਰਾ ਉਹ ਕੰਮ ਵੀ ਕਰੀ, ਇਹ ਕਾਰਜ ਵੀ ਮੇਰੇ ਸਵਾਰ ਦੇ। ਫਿਰ ਉਹਦੇ ਦਿੱਤੇ ਹੋਏ ਵਿੱਚੋਂ ਜੇ ਤਿਲ ਫੁੱਲ ਗੁਰੂ ਅੱਗੇ ਵੀ ਰੱਖਦੇ ਹਾਂ ਨਾ ਅਸੀਂ, ਉਹਦੇ ਪਿੱਛੇ ਵੀ ਕਿਤਨੀਆਂ ਮੰਗਾਂ ਸਾਡੀਆਂ ਹੁੰਦੀਆਂ ਕਿ ਦੇ ਮੰਗਾਂ ਸਹਿ ਸਹਿ ਗੁਣਾ। 1% ਦੇ ਕੇ ਹਜ਼ਾਰਾਂ ਗੁਣਾ ਗੁਰੂ ਕੋਲੋਂ ਮੰਗ ਕਰੀਦੀ ਹੈ ਤੇ ਜਦੋਂ ਨਹੀਂ ਮਿਲਦੀ, ਕਿਉਂਕਿ ਗੁਰੂ ਨੇ ਵੀ ਵੇਖਣਾ ਕਿ ਇਹ ਬਖਸ਼ਿਸ਼ ਦਾ ਪਾਤਰ ਹੈ ਜਾਂ ਨਹੀਂ ਹੈ। ਤੂੰ ਜੇ ਇਸ ਤਰ੍ਹਾਂ ਮੰਗਾਂ ਦੀ ਲਾਈਨ ਲਾ ਲਈ, ਕਮਾਈ ਹੋਵੇ ਨਾ, ਸਿਮਰਨ ਹੋਵੇ ਨਾ, ਤੇ ਜੇ ਨਹੀਂ ਮਿਲਿਆ ਤਾਂ ਫਿਰ ਮਨੁੱਖ ਬੇਮੁਖ ਹੋ ਜਾਂਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਪਰ ਰਾਮ ਨਾਮ ਜਪਿਆ ਉਹਨਾਂ ਦਾ ਹੀ ਹੈ ਜੋ ਇੱਕ ਪਰਮੇਸ਼ਰ ਦਾ ਕੰਮ ਕਰਦੇ ਹਨ ਕਿ ਮੈਂ ਮਜ਼ਦੂਰੀ ਪਰਮੇਸ਼ਰ ਦੀ ਕਰ ਰਿਹਾ, ਮੈਂ ਉਸ ਦੀ ਨੌਕਰੀ ਕਰ ਰਿਹਾ। ਇੱਕ ਬ੍ਰਾਹਮਣ ਜੋ ਬੜਾ ਸੰਤੋਸ਼ੀ ਸੀ, ਬੜਾ ਨਿਸ਼ਕਾਮ ਸੇਵਾ ਕਰਨ ਵਾਲਾ ਸੀ, ਰੋਜ਼ ਮੰਦਿਰ ਵਿੱਚ ਜਾ ਕੇ ਰਾਮਾਇਣ ਦਾ ਪਾਠ ਕਰਨਾ, ਭਗਵਾਨ ਰਾਮ ਚੰਦਰ ਜੀ ਦਾ ਸੁੰਦਰ ਸਰੂਪ ਹੈ, ਨਾਲ ਲਕਸ਼ਮਣ ਜੀ ਦਾ, ਮਾਤਾ ਸੀਤਾ ਖੜੇ ਹਨ ਤੇ ਉਹਨਾਂ ਦੇ ਹੀ ਚਰਨਾਂ ਵਿੱਚ ਫਿਰ ਹਨੂਮਾਨ ਜੀ ਦਾ ਸਰੂਪ ਬਣਿਆ ਹੋਇਆ ਸੀ ਤੇ ਸਨਮੁਖ ਜਾ ਕੇ ਰਾਮਾਇਣ ਦੀ ਕਥਾ ਕਰਨੀ, ਪ੍ਰਤੱਖ ਸਮਝ ਕੇ ਰਾਮ ਜੀ ਨੂੰ ਰਾਮਾਇਣ ਦੀ ਕਥਾ ਸੁਣਾਉਣੀ ਜਾ ਕੇ। ਤੇ ਘਰਵਾਲੀ ਨੇ ਕਈ ਵਾਰਾਂ ਕਿਹਾ, ਮਹਾਰਾਜ ਕਿਸੇ ਜਜਮਾਨ ਨੂੰ ਜਾ ਕੇ ਸੁਣਾਓ, ਕੋਈ 4 ਪੈਸੇ ਤੁਹਾਨੂੰ ਦੇਵੇ ਵੀ ਸਹੀ, ਉੱਥੇ ਚਲੇ ਜਾਂਦੇ ਹੋ ਜਿੱਥੇ ਕੋਈ ਹੈ ਹੀ ਨਹੀਂ, ਬੈਠਾ ਹੀ ਨਹੀਂ ਕੋਈ, ਮੰਦਿਰ ਦੇ ਵਿੱਚ ਕੇਵਲ ਭਗਵਾਨ ਦੀਆਂ ਮੂਰਤੀਆਂ ਹੀ ਹਨ, ਇੱਥੇ ਤੁਹਾਡੀ ਕਥਾ ਕੌਣ ਸੁਣਦਾ ਹੈ ਤੇ ਕੌਣ ਉਹਦੀ ਪੂਜਾ ਦੇਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬ੍ਰਾਹਮਣ ਕਹਿਣ ਲੱਗਾ, ਇਹ ਉਹ ਪੰਡਿਤ ਸੀ ਜਿਸ ਨੂੰ ਮਹਾਰਾਜ ਕਹਿੰਦੇ ਨੇ ਸੋ ਪੰਡਿਤ ਜੋ ਮਨ ਪਰ ਬੁੱਧ ਹੈ, ਰਾਮ ਨਾਮ ਆਤਮ ਮੇ ਸੋਧ ਹੈ, ਰਾਮ ਨਾਮ ਸਾਰ ਰਸ ਪੀਵੈ, ਤਿਸ ਪੰਡਿਤ ਕੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ। ਨਾਮ ਪੰਡਿਤ ਹੋਵੇ, ਬ੍ਰਾਹਮਣ ਹੋਵੇ ਤੇ ਮਨ ਵਿੱਚ ਲੋਭ ਹੈ ਤੇ ਪੰਡਿਤਿਆਈ ਲਈ ਕਲੰਕ ਦਾ ਰੂਪ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ।
ਇਹ ਬ੍ਰਾਹਮਣ ਹਰ ਵੇਲੇ ਭਗਵਾਨ ਜੀ ਦਾ ਸਿਮਰਨ ਕਰਦਾ ਹੈ ਤੇ ਦੋਨੋਂ ਟਾਈਮ ਸਵੇਰ ਸ਼ਾਮ ਜਾ ਕੇ ਭਗਵਾਨ ਜੀ ਨੂੰ ਰਮਾਇਣ ਦੀ ਕਥਾ ਸੁਣਾਉਣੀ। ਇੱਕ ਬਾਣੀਆ ਬਿਜ਼ਨਸਮੈਨ ਵੀ ਕਦੇ ਕਦੇ ਆ ਕੇ ਕਥਾ ਸੁਣਦਾ ਆਉਂਦਾ ਸੀ ਤੇ ਭੋਗ ਪੈਣ ਤੋਂ ਪਹਿਲਾਂ ਹੀ ਚਲੇ ਜਾਣਾ, ਬਈ ਕੁਝ ਦੇਣਾ ਨਾ ਪੈ ਜਾਵੇ। ਇਹ ਬ੍ਰਾਹਮਣ 2 ਸਾਲ ਕਥਾ ਸੁਣਾਉਂਦਾ ਰਿਹਾ ਭਗਵਾਨ ਜੀ ਨੂੰ। ਜਦੋਂ ਸਮਾਪਤੀ ਦਾ ਸਮਾਂ ਨੇੜੇ ਆਇਆ, ਬਈ ਇੱਕ ਦਿਨ ਰਹਿ ਗਿਆ, ਹੁਣ ਅੱਜ ਦੀ ਕਥਾ ਹੋ ਚੁੱਕੀ ਹੈ ਤੇ ਕੱਲ ਨੂੰ ਭੋਗ ਪੈਣਾ ਹੈ। ਇਹ ਬ੍ਰਾਹਮਣ ਤਾਂ ਭਗਵਾਨ ਜੀ ਦੀ ਨੌਕਰੀ ਦੇ ਕੇ ਚਲਾ ਗਿਆ, ਉਹ ਜਿਹੜਾ ਰੋਜ਼ ਬਿਜ਼ਨਸਮੈਨ ਆਉਂਦਾ ਸੀ ਨਾ ਸੁਣਨ, ਉਹ ਬੈਠਾ ਰਿਹਾ, ਬਈ ਭੋਗ ਦੇ ਦਿਨ ਹਨ, ਇਸ ਨੂੰ ਕੁਝ ਨਾ ਕੁਝ ਤਾਂ ਦੇਣਾ ਹੀ ਹੈ ਨਾ ਪਰਮੇਸ਼ਰ ਨੇ। ਤਾਂ ਆਵਾਜ਼ ਆਈ, ਭਗਵਾਨ ਰਾਮ ਜੀ ਪ੍ਰਗਟ ਹੋਏ, ਹਨੂੰਮਾਨ ਨੂੰ ਕਹਿਣ ਲੱਗੇ, ਭਾਈ ਇਸਨੇ ਨਿਸ਼ਕਾਮ ਸੇਵਾ ਕੀਤੀ ਹੈ ਬ੍ਰਾਹਮਣ ਨੇ, ਤੇ ਕੁਝ ਨਾ ਕੁਝ ਤਾਂ ਇਹਨੂੰ ਜ਼ਰੂਰ ਦੇਣਾ ਚਾਹੀਦਾ, ਕਿਉਂਕਿ ਮੁਲਖ ਮਜ਼ੂਰੀ ਦੇਤ ਹੈ, ਜੇ ਦੁਨੀਆਦਾਰਾਂ ਦੀ ਮਜ਼ੂਰੀ ਕਰੀਏ ਕੰਮ ਕਰੀਏ ਉਹ ਹੱਕ ਨਹੀਂ ਰੱਖਦੇ, ਤੇ ਮੈਂ ਕਿਉਂ ਇਸ ਦਾ ਹੱਕ ਰੱਖਾਂ, ਕੁਝ ਨਾ ਕੁਝ ਤਾਂ ਦੇਣਾ ਚਾਹੀਦਾ। ਤਾਂ ਹਨੂੰਮਾਨ ਜੀ ਕਹਿਣ ਲੱਗੇ, ਮਹਾਰਾਜ ਫਿਰ ਜੋ ਹੁਕਮ ਕਰੋ ਇਸ ਨੂੰ ਦਿਵਾ ਦੇਈਏ। ਆ ਹੁਕਮ ਕਰੋ ਤਾਂ 2,000 ਰੁਪਈਆ ਇਸ ਨੂੰ ਦਿਵਾ ਦੇਈਏ, ਕਿਉਂਕਿ ਇਸ ਦਾ ਕੋਈ ਖਰਚ ਹੀ ਨਹੀਂ, ਸੰਤੋਸ਼ੀ ਬੰਦਾ ਹੈ ਤੇ ਇਹਦਾ ਨਿਰਵਾਹ ਵਧੀਆ ਚੱਲਦਾ ਰਹੇਗਾ। ਭਗਵਾਨ ਨੇ ਆਖਿਆ ਠੀਕ ਹੈ, ਇਸ ਨੂੰ 2,000 ਰੁਪਏ ਦਿਵਾ ਦੇ। ਤੇ ਉਹ ਬਿਜ਼ਨਸਮੈਨ ਬਾਹਰ ਸੁਣ ਰਿਹਾ ਸੀ ਤੇ ਮਨ ਵਿੱਚ ਸੋਚਿਆ, ਬਈ ਭਗਵਾਨ ਤਾਂ ਕਦੇ ਝੂਠ ਨਹੀਂ ਬੋਲਦੇ, ਇਸ ਨੂੰ 2,000 ਦੀ ਥੈਲੀ ਤਾਂ ਮਿਲਣੀ ਮਿਲਣੀ ਹੈ, ਮੈਂ ਕਿਉਂ ਨਾ ਪਹਿਲੇ ਜਾ ਕੇ ਇਹਦੇ ਘਰੇ ਜਾ ਕੇ ਸੌਦਾ ਹੀ ਕਰ ਲਵਾਂ। ਕਈ ਮਨੁੱਖ ਗੁਰਦੁਆਰਿਆਂ ਵਿੱਚ, ਮੰਦਰਾਂ ਵਿੱਚ, ਤੀਰਥ ਯਾਤਰਾ ਤੇ ਵੀ ਬਿਜ਼ਨਸ ਹੀ ਕਰਨ ਜਾਂਦੇ ਹਨ, ਉਚਾਰਨ ਕਰੋ ਸ੍ਰੀ ਵਾਹਿਗੁਰੂ, ਬਈ ਕੁਝ 4 ਪੈਸੇ ਖੱਟ ਕੇ ਆਵਾਂਗੇ, ਕੁਝ ਮਾਲ ਲੈ ਜਾਈਏ ਤੇ ਵੇਚ ਆਵਾਂਗੇ ਉੱਥੇ। ਆਖਿਆ ਭਗਵਾਨ ਤਾਂ ਕਦੇ ਝੂਠ ਨਹੀਂ ਬੋਲ ਸਕਦੇ, ਇਹਨੂੰ 2,000 ਮਿਲਣਾ ਹੀ ਮਿਲਣਾ, ਮੈਂ ਕਿਉਂ ਨਾ ਪੰਡਿਤ ਨਾਲ ਜਾ ਕੇ ਸੌਦਾ ਕਰ ਲਵਾਂ। ਤੇ ਬ੍ਰਾਹਮਣ ਦੇ ਘਰ ਜਾ ਕੇ 1,000 ਰੁਪਈਏ ਦੀ ਢੇਰੀ ਕਰ ਦਿੱਤੀ। ਮਹਾਰਾਜ ਪੰਡਿਤ ਜੀ, ਕੱਲ ਜੋ ਆਮਦਨ ਹੋਵੇਗੀ ਭੋਗ ਤੇ ਉਹ ਮੇਰੀ, ਤੇ ਆ ਤੁਸੀਂ ਸਾਂਭ ਲਓ, ਆ 1,000 ਰੁਪਈਆ ਹੈ, ਘਾਟਾ ਹੋਵੇ ਵਾਧਾ ਹੋਵੇ ਮੈਂ ਜ਼ਿੰਮੇਵਾਰ ਹਾਂ, ਤੁਹਾਨੂੰ ਕੋਈ ਚਿੰਤਾ ਨਹੀਂ। ਤੇ ਬ੍ਰਾਹਮਣ ਸੰਤੋਸ਼ੀ ਸੀ, ਸੰਤੋਖ ਵਾਲਾ ਸੀ, ਕਹਿਣ ਲੱਗਾ ਇਹ ਵੀ ਭਗਵਾਨ ਨੇ, ਨਿਰੰਕਾਰ ਨੇ ਭੇਜਿਆ, ਜੋ ਕੁਝ ਭੇਜਿਆ ਉਹਦੀ ਕਿਰਪਾ ਹੈ। ਆਖਿਆ ਬਾਈ ਠੀਕ ਹੈ, ਜੋ ਕੁਝ ਕੱਲ ਹੋਵੇਗਾ ਤੂੰ ਲੈ ਜਾਈ। ਉਹ ਸੰਤੋਸ਼ੀ ਬ੍ਰਾਹਮਣ ਜਦੋਂ ਆਇਆ, ਰਾਮਾਇਣ ਦੀ ਕਥਾ ਦਾ ਭੋਗ ਪਾ ਦਿੱਤਾ, ਅਰਦਾਸ ਕੀਤੀ, ਭੁੱਲ ਚੁੱਕ ਦੀ ਮਾਫੀ ਮੰਗੀ ਤੇ ਮੱਥਾ ਟੇਕ ਕੇ ਆਪਣੇ ਘਰ ਚਲਾ ਗਿਆ। ਹੁਣ ਇਹ ਬਿਜ਼ਨਸਮੈਨ ਮਨੁੱਖ ਮੰਦਰ ਦੇ ਆਲੇ ਦੁਆਲੇ ਚੁੰਡਾਂ ਗੁੱਥਾਂ ਵਿੱਚੋਂ ਲੱਭ ਰਿਹਾ, ਬਈ ਕਿੱਥੇ ਪਈ ਹੈ 2,000 ਦੀ ਥੈਲੀ। ਤੇ ਜਦੋਂ 2-4 ਚੱਕਰ ਕੱਟੇ ਨਾ ਤੇ ਕੁਝ ਨਜ਼ਰ ਨਾ ਆਇਆ, ਤਾਂ ਗੁੱਸੇ ਵਿੱਚ ਆ ਕੇ ਹਨੂੰਮਾਨ ਜੀ ਦੀ ਮੂਰਤੀ ਨੂੰ ਲੱਤ ਮਾਰੀ, ਬਈ ਇਸੇ ਨੇ ਕਿਹਾ ਸੀ ਮੈਂ ਦਿਵਾ ਦੇਵਾਂਗਾ। ਤੇ ਜਿਉਂ ਲੱਤ ਮਾਰੀ ਤਾਂ
ਹਨੂਮਾਨ ਜੀ ਨੇ ਇਸ ਦੀ ਲੱਤ ਪਕੜ ਲਈ ਤੇ ਜਦੋਂ ਕੋਈ ਪੱਥਰ ਦੀ ਮੂਰਤੀ ਲੱਤ ਪਕੜ ਲਵੇ ਕਿਤਨੀ ਘਬਰਾਹਟ ਹੋਵੇਗੀ। ਇਹ ਛੁਡਾਉਣਾ ਚਾਹੁੰਦਾ ਹੈ, ਲੱਤ ਛੁੱਟਦੀ ਨਹੀਂ। ਘਾਬਰ ਗਿਆ ਭਗਵਾਨ। ਪ੍ਰਗਟ ਹੋ ਕੇ ਹਨੂੰਮਾਨ ਨੂੰ ਪੁੱਛਣ ਲੱਗੇ, ਬਈ ਪੰਡਿਤ ਜੀ ਨੂੰ 2000 ਰੁਪਇਆ ਦਿਵਾ ਦਿੱਤਾ ਹੈ? ਤਾਂ ਹਨੂੰਮਾਨ ਜੀ ਕਹਿਣ ਲੱਗੇ, ਮਹਾਰਾਜ 1000 ਰੁਪਇਆ ਸ਼ਾਮ ਨੂੰ ਐਡਵਾਂਸ ਭਿਜਵਾ ਦਿੱਤਾ ਸੀ ਤੇ ਹੁਣ 1000 ਹੋਰ ਦੇਵੇਗਾ ਤੇ ਤਾਂ ਇਸ ਦੀ ਲੱਤ ਛੱਡਾਂਗਾ। ਉਚਾਰਨ ਕਰੋ ਸ੍ਰੀ ਬੇਹੋਸ਼ੀ ਵਿੱਚ ਆ ਕੇ ਕਹੀ ਜਾਂਦਾ ਹੈ, ਕੋਈ ਮੇਰੇ ਘਰ ਵਾਲਿਆਂ ਨੂੰ ਦੱਸੋ ਜਾ ਕੇ। ਘਰ ਵਾਲੇ ਵੀ ਆ ਗਏ, ਬਈ ਅੱਗੇ ਰੋਜ਼ ਆ ਜਾਂਦੇ ਸਨ, ਬਾਊ ਜੀ ਅੱਜ ਨਹੀਂ ਆਏ, ਕੀ ਗੱਲ ਹੋ ਗਈ? ਜਾਂ ਆਏ ਤਾਂ ਕਹਿਣ ਲੱਗਾ, 1000 ਰੁਪਈਆ ਪੰਡਿਤ ਜੀ ਦੇ ਘਰ ਪਹੁੰਚਾਓ, ਮੇਰਾ ਤਾਂ ਛੁਟਕਾਰਾ ਹੋਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਮੇਰਾ ਕਹਿਣ ਤੋਂ ਭਾਵ ਕਿ ਜੇ ਅਸੀਂ ਆਪਣੇ ਮਾਲਕ ਦੀ, ਆਪਣੇ ਭਗਵਾਨ ਦੀ ਪ੍ਰਤੱਖ ਸਮਝ ਕੇ ਨੌਕਰੀ ਕਰੀਏ ਤਾਂ ਭਗਵਾਨ ਸਾਡਾ ਕਦੇ ਹੱਕ ਨਹੀਂ ਰੱਖਦੇ। ਕੋਈ ਵੀ ਮਨੁੱਖ ਨਿਸ਼ਕਾਮਤਾ ਦੇ ਨਾਲ ਸੇਵਾ ਕਰੇ, ਸਿਮਰਨ ਕਰੇ, ਮਨ ਕਰਕੇ ਰਾਮ ਨਾਮ ਜਪੇ ਤਾਂ ਲੋਕ ਦੇ ਸੁੱਖ ਵੀ ਮਿਲਦੇ ਹਨ, ਪਰਲੋਕ ਦੇ ਸੁੱਖ ਵੀ ਮਿਲਦੇ ਹਨ। ਇਸ ਲਈ ਹਜ਼ੂਰ ਨੇ ਪਖੰਡ ਦੀ ਭਗਤੀ ਨੂੰ ਨਿੰਦਿਆ, ਆਖਿਆ ਰਾਮ ਰਾਮ ਕਰਤਾ ਸਭ ਜਗ ਫਿਰੇ। ਗੁਰੂ ਅਮਰਦਾਸ ਪਾਤਸ਼ਾਹ ਤੀਜੇ ਗੁਰੂ ਨਾਨਕ, ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ, ਭਾਈ ਰਾਮ ਨਾ ਪਾਇਆ ਜਾਏ ਜਿਤਨੇ ਤੱਕ ਮਨ ਕਰਕੇ ਨਹੀਂ ਜਪੇਗਾ, ਉਹ ਪਰਮੇਸ਼ਰ ਦੀ ਪ੍ਰਾਪਤੀ ਤੈਨੂੰ ਕਿਵੇਂ ਹੋਵੇਗੀ? ਇਸ ਲਈ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ, 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 ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿ
ਜਗ ਫਿਰੇ ਸੁਰਤ ਮਲੂਕੀ ਵੇਸ਼ ਰਾਮ ਨਾਮ ਜਪਣ ਵਾਲੇ ਬਹੁਤ ਹਨ ਸੰਸਾਰ ਤੇ ਪਰ ਭੇਖ ਸਾਧੂਆਂ ਦਾ ਔਰ ਅੰਦਰ ਠੱਗੀ ਹੈ ਜਪਾਂ ਤਪਾਂ ਦਾ ਅਹੰਕਾਰ ਹੈ ਦੁਨੀਆਂ ਦੇ ਸੁੱਖਾਂ ਲਈ ਪਦਾਰਥਾਂ ਲਈ ਵੇਖ ਰਹੇ ਹਨ ਬਈ ਕੌਣ ਕੋਈ ਆਵੇ ਤੇ ਆਪਣੀ ਪੂਰਤੀ ਕਰੀਏ ਦੁਨੀਆਂ ਦੇ ਸੁੱਖ ਮਾਣੀਏ ਹਜ਼ੂਰ ਕਹਿੰਦੇ ਨੇ ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਭਾਈ ਉਹ ਤਾਂ ਹਰ ਵੇਲੇ ਬੰਦੇ ਛੇ ਜੇ ਪਵੇ ਵਿੱਚ ਬੰਦੀ ਜਿਹੜੇ ਅਸਲੀ ਮਹਾਂਪੁਰਖ ਹਨ ਸੰਤ ਹਨ ਉਹ ਆਪਣੇ ਆਪ ਨੂੰ ਉਸਦੇ ਹੁਕਮ ਵਿੱਚ ਰਸਤੇ ਹਨ ਉਹ ਆਪਣੇ ਆਪ ਨੂੰ ਪਰਮੇਸ਼ਰ ਦੀ ਲਕੀਰ ਦੇ ਅੰਦਰ ਰੱਖਦੇ ਹਨ ਔਰ ਉਹਨਾਂ ਦੀ ਭਗਤੀ ਦੇ ਪਿੱਛੇ ਕਿਸੇ ਦੀ ਮੰਗ ਨਹੀਂ ਹੁੰਦੀ ਉਚਾਰਨ ਕਰੋ ਸ੍ਰੀ ਬਾਬਾ ਜੀ ਦੇ ਪਾਸ਼ ਇੱਕ ਪ੍ਰੇਮੀ ਰੋਜ਼ ਦੁੱਧ ਲਿਆਉਂਦਾ ਹੁੰਦਾ ਸੀ ਇੱਕ ਵਾਰੀ ਬੜਾ ਮਯੂਸ ਬੈਠਾ ਹੋਇਆ ਘੱਟ ਘੱਟ ਦੀ ਜਾਣਨ ਵਾਲੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਕਹਿਣ ਲੱਗੇ ਕਿਉਂ ਭਾਈ ਅੱਜ ਬੜਾ ਉਦਾਸ ਦਿਖਾਈ ਦੇ ਰਿਹਾ ਕਹਿਣ ਲੱਗਾ ਜੀ ਇੱਕ ਬੰਦੇ ਨੂੰ ਪੈਸੇ ਦਿੱਤੇ ਸਨ ਜੋ ਕੁਝ ਮੂੜੀ ਸੀ ਸਭ ਉਸਨੂੰ ਦੇ ਦਿੱਤੀ ਇਤਬਾਰ ਕਰ ਲਿਆ ਤੇ ਹੁਣ ਮੁਕਰ ਗਿਆ ਕਹਿੰਦਾ ਜਾ ਜੋ ਕਰਨਾ ਹੀ ਕਰ ਲੈ ਜਿੱਥੇ ਜਾਣਾ ਹੀ ਜਾ ਲੈ ਤੇ ਬਾਬਾ ਜੀ ਅਸੀਂ ਤਾਂ ਤੁਹਾਡੇ ਕੋਲ ਹੀ ਆ ਕੇ ਬੇਨਤੀ ਕਰਨੀ ਹੈ ਨਾ ਸਾਡੇ ਤਾਂ ਤੁਸੀਂ ਹੋ ਸਭ ਕੁਛ ਮਹਾਂਪੁਰਖ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰ ਗੁਰੂ ਕੀ ਬਾਣੀ ਸਭ ਕੁਛ ਦਿੰਦੀ ਹੈ ਤੂੰ ਗੁਰੂ ਘਰ ਦੀ ਸੇਵਾ ਕਰ ਰਿਹਾ ਆ ਕੇ ਸਿਮਰਨ ਕਰਦੇ ਨਿਤਨੇਮ ਕਰਦੇ ਹੋ ਤੁਸੀਂ ਫਿਰ ਕਿਉਂ ਘਰ ਵਿੱਚ ਪੌਜਲ ਆਵੇ ਫਿਰ ਕਿਉਂ ਦੁੱਖ ਆਵੇ ਘਰ ਵਿੱਚ ਬਾਬਾ ਜੀ ਨੇ ਉਸਨੂੰ ਕਿਹਾ ਬਈ ਸਹਿਜ ਪਾਠ ਰਖਾ ਦੇ ਘਰ 15 ਦਿਨਾਂ ਵਾਲਾ ਤੇ ਰੋਜ਼ ਪਾਠ ਸੁਣ ਤੇ ਨਾਲੇ ਪਾਠੀ ਸਿੰਘ ਦੀ ਹੱਥੀਂ ਸੇਵਾ ਕਰ ਜਦੋਂ ਬੈਠਣ ਲੱਗੇ ਤਾਂ ਜਲ ਪਾਣੀ ਛਕਾਓ ਜਦੋਂ ਪਾਠ ਕਰਕੇ ਉੱਠੇ ਤਾਂ ਉਸਦੀ ਸੇਵਾ ਕਰੋ ਔਰ ਪਾਠੀ ਸਿੰਘ ਨੂੰ ਕਹੋ ਕਿ ਮਰਿਆਦਾ ਨਾਲ ਪਾਠ ਕਰੇ ਉਚਾਰਨ ਕਰੋ ਸ੍ਰੀ ਸਾਧ ਸੰਗਤ ਬੋਲੋ ਸ੍ਰੀ 15 ਦਿਨ ਬੀਤ ਗਏ ਪਾਠ ਹੁੰਦਿਆਂ ਨੂੰ
ਤੇ ਸੇਵਕ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਅਜੇ ਵੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਬੂਲ ਨਹੀਂ ਹੋਈ, ਅਜੇ ਵੀ ਉਹ ਕੋਈ ਪੈਸਾ ਮੈਨੂੰ ਦੇਣ ਨੂੰ ਤਿਆਰ ਨਹੀਂ। ਮੈਂ ਕਈ ਵਾਰਾਂ ਉਹਦੇ ਘਰ ਵੀ ਜਾ ਕੇ ਮਿੰਨਤ ਤਰਲਾ ਕੀਤਾ, ਬੜਾ ਯਤਨ ਕੀਤਾ, ਤਾਂ ਬਾਬਾ ਜੀ ਕਹਿਣ ਲੱਗੇ ਭਈ ਜ਼ਰੂਰ ਇਹ ਮਨਸਾ ਪੂਰੀ ਹੋਣੀ ਸੀ, ਜਿਸ ਪਾਠੀ ਨੇ ਪਾਠ ਕੀਤਾ ਨਾ ਉਸਨੂੰ ਬੁਲਾ ਕੇ ਲਿਆ। ਪਾਠੀ ਸਿੰਘ ਨੂੰ ਬੁਲਾਇਆ ਗਿਆ ਤੇ ਮਹਾਂਪੁਰਖਾਂ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਉਸਨੂੰ ਬਿਠਾ ਲਿਆ ਤੇ ਕਹਿਣ ਲੱਗੇ ਕਿਉਂ ਗੁਰਮੁਖਾ ਤੂੰ ਸਾਰਾ ਹੀ ਪਾਠ ਕੀਤਾ ਗੁਰੂ ਗ੍ਰੰਥ ਸਾਹਿਬ ਦਾ? ਮਹਾਰਾਜ ਸਾਰਾ ਹੀ ਕੀਤਾ। ਬਾਬਾ ਜੀ ਕਹਿਣ ਲੱਗੇ 900 ਅੰਗ ਤੋਂ ਲੈ ਕੇ 1100 ਤੱਕ ਤੂੰ 200 ਅੰਗ ਛੱਡ ਗਿਆ ਔਰ ਉਸ ਤੋਂ ਬਾਅਦ ਤੂੰ ਅੱਗੇ ਜਾ ਕੇ ਵੀ ਕੁਝ ਪੱਤਰੇ ਪਲਟ ਲਏ, ਤੂੰ ਪਾਠ ਨਹੀਂ ਕੀਤਾ ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਝੂਠ ਬੋਲ ਰਿਹਾ। ਜਿੱਥੇ ਗੁਨਾਹ ਬਖਸ਼ਾਉਣੇ ਹਨ ਉੱਥੇ ਝੂਠ ਬੋਲ ਰਿਹਾ। ਤਾਂ ਇਸ ਦਾ ਰੋਣ ਨਿਕਲ ਗਿਆ, ਚਰਨਾਂ ਤੇ ਡਹਿ ਪਿਆ, ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਹੈ, ਗਲਤੀ ਹੋ ਗਈ ਹੈ ਮੇਰੇ ਕੋਲੋਂ, ਮੈਨੂੰ ਖਿਮਾ ਕਰ ਦਿਓ, ਮਾਫ ਕਰ ਦਿਓ, ਕਿਉਂਕਿ ਗੁਰੂ ਕਾ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਗਟ ਗੁਰਾਂ ਕੀ ਦੇਹ ਸਮਝ ਕੇ ਪਾਠ ਕਰ, ਨਿਤਨੇਮ ਕਰ, ਗੁਰੂ ਤੇਰੀਆਂ ਚੋਲੀਆਂ ਭਰੇਗਾ। ਤੇ ਜੇ ਅਸੀਂ ਸਮਝੀਏ ਹੀ ਕੁਝ ਨਾ ਗੁਰੂ ਨੂੰ ਤਾਂ ਫਿਰ ਭਾਈ ਕਰਾਉਣ ਵਾਲੇ ਦਾ ਵੀ ਕੀ ਭਲਾ ਹੋਵੇਗਾ ਤੇ ਤੇਰਾ ਵੀ ਕੀ ਭਲਾ ਹੋਏਗਾ। ਉਚਾਰਨ ਕਰੋ ਸ੍ਰੀ ਮਹਾਂਪੁਰਖਾਂ ਨੇ ਉਸ ਪ੍ਰੇਮੀ ਨੂੰ ਕੋਈ ਐਸਾ ਦੁਰਵਚਨ ਨਹੀਂ ਕਿਹਾ, ਪਾਠੀ ਸਿੰਘ ਨੂੰ ਕਿਹਾ ਇਸ਼ਨਾਨ ਕਰਕੇ ਔਰ ਸੁੱਚੇ ਬਸਤਰ ਧੋਤੇ ਹੋਏ ਬਸਤਰ ਪਾ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਜਾਣਾ ਔਰ ਜਾਣ ਲੱਗਿਆਂ ਵੀ ਅਰਦਾਸ ਕਰਨੀ ਹੈ, ਜਦੋਂ ਪਾਠ ਕਰਕੇ ਉੱਠਣਾ ਫਿਰ ਵੀ ਅਰਦਾਸ ਕਰਨੀ ਹੈ, ਮਹਾਰਾਜ ਤੁਹਾਡੇ ਸੇਵਕ ਨੇ ਜਿਸ ਮਨਸਾ ਕਰਕੇ ਪਾਠ ਰਖਾਇਆ ਆਪਣੇ ਪਿਆਰਿਆਂ ਦੀ ਮਨਸਾ ਪੂਰੀ ਕਰੋ। ਤੇ ਜਦੋਂ 15 ਦਿਨ ਫਿਰ ਰਖਾਇਆ ਪਾਠ ਤੇ ਉਹ ਪ੍ਰੇਮੀ ਦੁੱਧ ਲੈ ਕੇ ਆਇਆ ਬਾਬਾ ਜੀ ਦੇ ਪਾਸ, ਮਹਾਰਾਜ ਪਾਠ ਤਾਂ ਹੋ ਗਿਆ ਪਰ ਅਜੇ ਵੀ ਕੰਮ ਬਣਿਆ ਨਹੀਂ। ਤਾਂ ਮਹਾਂਪੁਰਖ ਕਹਿਣ ਲੱਗੇ ਗੁਰਮੁਖਾ ਜਾ, ਜਿਸ ਨੇ ਤੈਨੂੰ ਪੈਸੇ ਦੇਣੇ ਹਨ ਨਾ ਉਹ ਤੇਰੀ ਘਰ ਇੰਤਜ਼ਾਰ ਕਰ ਰਿਹਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹੈ ਨਾ ਮਨ ਕਰਕੇ ਜਪਿਆ ਹੋਇਆ, ਮਨ ਕਰਕੇ ਜਪਿਆ ਹੋਇਆ, ਇਹ ਗੁਰੂ ਕੇ ਸਿੱਖ ਇਹ ਗੁਰੂ ਕੇ ਲਾਲ ਤੇਰੇ ਨਾਲ ਜਾਏਗਾ, ਤੇਰੀ ਸਹਾਇਤਾ ਕਰੇਗਾ। ਜਾਂ ਉਹ ਪ੍ਰੇਮੀ ਘਰ ਪਹੁੰਚਿਆ ਤਾਂ ਅੱਗੇ ਬੈਠਾ ਹੋਇਆ ਉਹ ਪ੍ਰੇਮੀ ਪੈਸੇ ਲੈ ਕੇ, ਜਿਹੜਾ ਗੱਲ ਕਰਨ ਨੂੰ ਤਿਆਰ ਨਹੀਂ ਸੀ, ਉਹ ਪੈਰਾਂ ਤੇ ਡਹਿ ਪਿਆ, ਬਈ ਮੈਨੂੰ ਮਾਫ ਕਰ ਦੇ, ਮੈਨੂੰ ਖਿਮਾ ਦੇ ਦੇ। ਤਾਂ ਉਹ ਪ੍ਰੇਮੀ ਜਿਹੜਾ ਰੋਜ਼ ਦੁੱਧ ਲਿਆਂਦਾ ਸੀ ਨਾ, ਕਹਿਣ ਲੱਗਾ ਮੈਂ ਕੀ ਮਾਫ ਕਰਨਾ, ਆ ਜਿਨ੍ਹਾਂ ਨੇ ਕਿਰਪਾ ਕੀਤੀ ਹੈ ਚੱਲ ਤੈਨੂੰ ਮਹਾਂਪੁਰਸ਼ਾਂ ਦੇ ਪਾਸ ਲੈ ਚੱਲਣਾ। ਬਾਬਾ ਜੀ ਦੇ ਕੋਲ ਲਿਆਇਆ, ਮੱਥਾ ਟੇਕਿਆ ਤੇ ਮਹਾਂਪੁਰਖ ਕਹਿਣ ਲੱਗੇ ਗੁਰਮੁਖਾ ਤੂੰ ਇਹ ਕਿਸ ਲਈ ਪਾਪ ਕਰਨਾ? ਕੋਈ ਘਰ ਵਾਲੀ, ਕੋਈ ਬੱਚੇ ਜਾਂ ਕੋਈ ਹੋਰ ਸੰਬੰਧੀ ਤੈਨੂੰ ਛਡਾਉਣਗੇ ਅੰਤ ਵੇਲੇ, ਜਦੋਂ ਤੇਰੇ ਕੋਲੋਂ ਲੇਖਾ ਮੰਗਿਆ ਜਾਣਾ? ਸਾਰੀ ਜ਼ਿੰਦਗੀ ਕੀ ਕਰਦਾ ਰਿਹਾ? ਤਾਂ ਇੱਕ ਇੱਕ ਪਾਪ ਕੁਕਰਮ ਕੀਤਾ, ਠੱਗੀਆਂ ਮਾਰੀਆਂ ਹੋਈਆਂ ਉਸਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਾਰੀਆਂ ਹੀ ਦੱਸ ਦਿੱਤੀਆਂ ਉਸਨੇ, ਤੇ ਰੋਣ ਲੱਗ ਪਿਆ। ਤਾਂ ਮਹਾਂਪੁਰਸ਼ ਕਹਿਣ ਲੱਗੇ ਭਈ ਅੱਜ ਤੋਂ ਬਾਅਦ ਫਿਰ ਗੁਰੂ ਅੱਗੇ ਮੱਥਾ ਟੇਕਦੇ, ਅੱਗੋਂ ਤੇ ਕੁਝ ਨਹੀਂ ਕਰੇਗਾ,
ਜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੇਰੇ ਪਿਛਲੇ ਗੁਨਾਹ ਸਾਰੇ ਹੀ ਲੀਕ ਫੇਰ ਦਿੱਤੀ ਹੈ, ਬਖਸ਼ ਦਿੱਤੇ ਹਨ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਵਾਦ ਆਇਆ ਨਾ ਰਾਮ ਨਾਮ ਜਪਣ ਦਾ, ਜਪਣ ਵਾਲਿਆਂ ਦੇ ਦਰਸ਼ਨ ਕਰਕੇ ਵੀ ਆਤਮਾ ਸ਼ੁੱਧ ਹੋ ਜਾਂਦੀ ਹੈ। ਇਸ ਲਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ, ਬਾਈ ਉੱਥੇ ਪਖੰਡ ਦੀ ਭਗਤੀ ਨਹੀਂ, ਉੱਥੇ ਤਾਂ ਮਨ ਦੀ ਭਗਤੀ ਪ੍ਰਵਾਨ ਹੈ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਦ ਪਾਇਆ ਜਾਏ। ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਦ ਪਾਇਆ। ਕਰੇ ਤਿਨਾਂ ਦੀਆਂ ਜੋ ਸੇਵੇਂ ਦਰ ਖੜੀਆਂ। ਕਈ ਵੇਰਾਂ ਅਸੀਂ ਪੂਰਨ ਮਹਾਂਪੁਰਖ ਜੋ ਰੱਬ ਦੇ ਨਾਲ ਮਿਲੇ ਹੋਏ ਉਹ ਸਤ ਪੁਰਸ਼ ਹਨ, ਅਸੀਂ ਰੀਸਾਂ ਉਹਨਾਂ ਦੀਆਂ ਕਰ ਬੈਠਦੇ ਹਾਂ ਤੇ ਸਾਡੀ ਕਮਾਈ ਕੋਈ ਹੁੰਦੀ ਨਹੀਂ, ਸਿਮਰਨ ਦੀ ਕਮਾਈ ਨਹੀਂ ਹੈ, ਕਦੇ ਮਨ ਕਰਕੇ ਜਪਿਆ ਨਹੀਂ। ਕਬੀਰ ਜੀ ਦਾ ਪ੍ਰਤਾਪ ਸੁਣ ਕੇ ਉਹਨਾਂ ਦੇ ਹੀ ਰਿਸ਼ਤੇਦਾਰੀ ਵਿੱਚੋਂ ਇੱਕ ਜੁਲਾਹਾ ਕਬੀਰ ਜੀ ਨੂੰ ਕਹਿਣ ਲੱਗਾ, ਮਹਾਰਾਜ ਬੜੀ ਜੈ ਜੈਕਾਰ ਹੋ ਰਹੀ ਹੈ ਤੁਹਾਡੀ, ਜਿੱਧਰ ਜਾਓ ਧੰਨ ਕਬੀਰ ਵਾਹ ਕਬੀਰ। ਭਾਈ ਕੋਈ ਜੁਗਤੀ ਸਾਨੂੰ ਵੀ ਦੱਸ ਦਿਓ, ਤੁਹਾਡੀ ਜੈ ਜੈਕਾਰ ਕਿਵੇਂ ਹੋਈ ਹੈ। ਕਬੀਰ ਜੀ ਕਹਿਣ ਲੱਗੇ, ਬਹਿ ਜਾ। ਆਪਣੀ ਘਰ ਵਾਲੀ ਲੋਈ ਨੂੰ ਕਹਿੰਦੇ ਹਨ, ਜਾ ਬਾਹਰੋਂ ਮਿੱਟੀ ਪੁੱਟ ਕੇ ਲਿਆ। ਕਹਿਣ ਲੱਗੀ, ਜੀ ਸਤ ਬਚਨ। ਬਾਹਰ ਜਾ ਕੇ ਮਿੱਟੀ ਪੁੱਟ ਕੇ ਲਿਆਈ। ਕਹਿਣ ਲੱਗੇ, ਹੁਣ ਜਾ ਕੇ ਘਿਓ ਲੈ ਕੇ ਆ ਇੱਕ ਟੀਨ। ਉਹ ਘਿਓ ਲੈ ਕੇ ਆਈ। ਕਹਿਣ ਲੱਗੇ, ਮਿੱਟੀ ਦੇ ਵਿੱਚ ਗੁੰਨ ਦੇ ਇਸ ਨੂੰ, ਘਿਓ ਨੂੰ ਗੁੰਨ ਦਿੱਤਾ, ਸਤ ਬਚਨ ਕੀਤਾ। ਹੁਣ ਇਸ 'ਤੇ ਦੀਵੇ ਬਣਾ, ਦੀਵੇ ਬਣਾਏ। ਕਹਿਣ ਲੱਗੇ, ਜਿੱਥੋਂ ਮਿੱਟੀ ਪੁੱਟੀ ਸੀ ਨਾ ਉੱਥੇ ਹੀ ਜਾ ਕੇ ਦੀਵੇ ਛੱਡ ਕੇ ਆ। ਸਤ ਬਚਨ ਮਹਾਰਾਜ, ਜਿਨ੍ਹਾਂ ਘਰਾਂ ਦੇ ਵਿੱਚ ਸਤ ਬਚਨ ਹੈ ਨਾ, ਉੱਥੇ ਸਿਮਰਨ ਵੀ ਹੋਵੇਗਾ ਔਰ ਗੁਰੂ ਦੀ ਕਿਰਪਾ ਵੀ ਨਿਵਾਸ ਕਰਦੀ ਹੋਵੇਗੀ। ਯਾਦ ਰੱਖਣਾ, ਜਿਨ੍ਹਾਂ ਘਰਾਂ ਵਿੱਚ ਮਨ ਕਰਕੇ ਸਿਮਰਨ ਹੁੰਦਾ ਹੈ ਉੱਥੇ ਸਤ ਬਚਨ ਹੈ, ਉੱਥੇ ਤੂੰ ਤੂੰ ਮੈਂ ਨਹੀਂ ਹੈ, ਉੱਥੇ ਕਿੰਤੂ ਪਰੰਤੂ ਨਹੀਂ ਹੋਵੇਗਾ। ਯਾਦ ਰੱਖਣਾ, ਐਵੇਂ ਨਹੀਂ। ਗੁਰੂ ਅਮਰਦਾਸ ਮਹਾਰਾਜ ਜੀ ਨੇ ਤਿੰਨ ਪੱਬਿਆਂ ਦੀ ਪੜ੍ਹਾਈ ਗੁਰੂ ਘਰ ਦੀ ਦੱਸੀ ਸੀ। ਪੱਬਾ ਭੁੱਲ ਗਈ, ਪੱਬਾ ਭਲਾ ਜੀ ਔਰ ਪੱਬਾ ਪਾਣਾ। ਜੇ ਮਾਇਆ ਬਹੁਤ ਆ ਗਈ ਹੈ ਤਾਂ ਆਫਰ ਨਹੀਂ ਜਾਣਾ, ਬਈ ਮੇਰੇ ਵਰਗਾ ਕੌਣ ਹੈ।
ਤੇ ਜੇ ਕੋਈ ਭੁੱਲ ਹੋ ਗਈ ਹੈ ਤਾਂ ਸਤ ਬਚਨ ਕਰਨਾ, ਜੋ ਹੁਕਮ ਹੋਇਆ ਉਹ ਕੰਮ ਕਰਨਾ। ਤੇ ਜੇ ਮਾਇਆ ਬਹੁਤੀ ਆ ਜਾਏ ਤਾਂ ਫੁੱਲ ਜਾਂਦਾ ਮਨੁੱਖ, ਤੇ ਜੇ ਘਰ ਵਿੱਚ ਦੁੱਖ ਬਣ ਜਾਏ ਤਾਂ ਰੱਬ ਨੂੰ ਤਾਨੇ ਦੇਣ ਲੱਗਦਾ, ਬਈ ਮੈਂ ਤਾਂ ਬੜੇ ਚੰਗੇ ਕੰਮ ਕੀਤੇ ਸਨ ਪਰ ਬਣਿਆ ਕੱਖ ਨਹੀਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਐਸੇ ਬਹੁਤ ਸਾਰੇ ਮਨੁੱਖ ਹਨ, ਪਾਠ ਕਰਾ ਕੇ ਦਾਨ ਕਰਾ ਕੇ ਕੋਈ ਮੁਸ਼ਕਲ ਬਣ ਜਾਣੀ, ਝੱਟ ਗੁਰੂ ਨੂੰ ਅੰਗਲ ਕਰਦਿਆਂ ਦੇਰ ਨਹੀਂ ਲਾਉਂਦੇ, ਭਾਈ ਕੰਮ ਤਾਂ ਚੰਗੇ ਕੀਤੇ ਸਨ ਪਰ ਸਾਡੇ ਨਾਲ ਬਹੁਤ ਮਾੜਾ ਹੋਇਆ। ਮਹਾਰਾਜ ਕਹਿੰਦੇ ਨੇ ਨਹੀਂ, ਇਹ ਗੁਰੂ ਘਰ ਦੀ ਪੜ੍ਹਾਈ ਨਹੀਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਾਣਾ ਮੰਨਣਾ, ਬਚਨ ਮੰਨਣਾ, ਤੇ ਜੇ ਗਲਤੀ ਹੋ ਜਾਵੇ ਤਾਂ ਫਿਰ ਤਕਰਾਰ ਨਹੀਂ, ਭੁੱਲ ਮੰਨ ਲੈਣੀ। ਮਹਾਂਪੁਰਖ ਕਿਹਾ ਕਰਦੇ ਸਨ, ਇਹ ਤਿੰਨ ਪੱਬੇ ਸੇਵਕ ਆਪਣੇ ਗੁਰੂ ਅੱਗੇ ਪੜ੍ਹ ਲਵੇ, ਪੁੱਤਰ ਆਪਣੇ ਪਿਤਾ ਅੱਗੇ ਪੜ੍ਹ ਲਵੇ, ਇਸਤਰੀ ਆਪਣੇ ਪਤੀ ਅੱਗੇ ਪੜ੍ਹ ਲਵੇ, ਤੇ ਫਿਰ ਘਰ ਬੈਕੁੰਠ ਬਣ ਜਾਏਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਨੇ ਜਦੋਂ ਇਹ ਨਜ਼ਾਰਾ ਦਿਖਾਇਆ ਕਿ ਪਹਿਲਾਂ ਮਿੱਟੀ ਮੰਗਵਾਈ, ਫਿਰ ਘਿਓ ਵਿੱਚ ਗੁਣ ਦੇ ਗੁਣ ਦਿੱਤੀ ਗਈ, ਦੀਵੇ ਬਣ ਗਏ। ਜਾ ਭਾਈ ਜਿੱਥੋਂ ਮਿੱਟੀ ਪੁੱਟ ਕੇ ਲਿਆਈ ਸੈਂ ਉੱਥੇ ਹੀ ਰੱਖ, ਆ ਜਾ ਕੇ ਦੀਵੇ ਰੱਖ ਦਿੱਤੇ, ਤਾਂ ਇਹ ਜੁਲਾਇਆ ਕਹਿਣ ਲੱਗਾ, ਇਹ ਤਾਂ ਕੋਈ ਵੱਡੀ ਗੱਲ ਹੀ ਨਹੀਂ ਹੈ। ਫਿਰ ਆਪਣੇ ਘਰ ਆਇਆ ਤੇ ਘਰ ਵਾਲੀ ਨੂੰ ਕਹਿੰਦਾ, ਜਾ ਜਾ ਬਾਹਰ ਜਾ ਕੇ ਮਿੱਟੀ ਪੁੱਟ ਕੇ ਆ, ਤੇ ਘਰ ਵਾਲੀ ਕਹਿਣ ਲੱਗੀ, ਸਿਰ ਵਿੱਚ ਪਾਉਣੀ ਹੈ ਤੂੰ ਆਪਣੇ? ਕਹਿੰਦਾ ਜਾਣੀ ਹੈ ਕਿ ਨਹੀਂ ਜਾਂਦੀ? ਦਬਕਾ ਮਾਰਿਆ ਉਸਨੇ, ਕਿਹਾ ਠੀਕ ਹੈ ਬਈ, ਕਿਤੇ ਹੱਥ ਨਾ ਉਲਾਰੇ, ਜਾ ਕੇ ਮਿੱਟੀ ਪੁੱਟ ਲਿਆਈ ਤੇ ਕਹਿਣ ਲੱਗਾ, ਹੁਣ ਇਹਨੂੰ ਘਿਓ ਵਿੱਚ ਗੁੰਨ ਦੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉਹ ਤਾਂ ਰੋਣ ਪਿੱਟਣ ਲੱਗ ਗਈ, ਬਈ ਇਹ ਪਾਗਲ ਹੋ ਗਿਆ, ਭਲਾ ਮਿੱਟੀ ਵੀ ਕਦੇ ਕਿਸੇ ਨੇ ਘਿਓ ਵਿੱਚ ਗੁੰਨੀ? ਲੋਕ ਇਕੱਠੇ ਹੋ ਗਏ, ਪਕੜ ਲਿਆ ਉਸਨੂੰ, ਬਈ ਤੈਨੂੰ ਤਾਂ ਕੋਈ ਭੂਤ ਚਮੜ ਗਿਆ। ਮੌਲਵੀ ਸਾਹਿਬ ਆ ਗਏ ਭੂਤ ਕੱਢਣ ਲਈ, ਉਹਨਾਂ ਨੇ ਮਰਚਾਂ ਦੀ ਬੋਝੀ ਉਸਨੂੰ ਚਾੜੀ ਹੋਈ ਮੁੱਖ ਤੇ। ਉਹ ਕਵੇ ਮੈਨੂੰ ਕੁਝ ਨਹੀਂ ਹੋਇਆ, ਪਰ ਉਹ ਕਹਿਣ ਤੈਨੂੰ ਭੂਤ ਚਮੜ ਗਿਆ, ਔਰ ਮਿੱਟੀ ਵਿੱਚ ਵੀ ਕਿਸੇ ਨੇ ਘਿਓ ਕਦੇ ਰਲਾਇਆ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਬੀਰ ਜੀ ਲੰਘ ਪਏ, ਬੜੀ ਲੋਕ ਇਕੱਠੇ ਹੋਏ ਹੋਏ, ਉਹ ਵਿਚਾਰੇ ਨੂੰ ਮਰਚਾਂ ਦੀ ਬੋਝੀ ਚਾੜੀ ਹੋਈ ਤੇ ਮੌਲਵੀ ਸਾਹਿਬ ਖਲੋਤੇ ਹੋਏ ਭੂਤ ਕੱਢਣ ਲਈ। ਕਬੀਰ ਜੀ ਮੁਸਕਰਾ ਕੇ ਕਹਿਣ ਲੱਗੇ, ਇਸ ਨੂੰ ਕੁਛ ਨਹੀਂ ਹੈ, ਲਾਹ ਦਿਓ ਇੱਥੇ ਬੋਝੀ। ਕਹਿਣ ਲੱਗੇ, ਇਹ ਸਾਡੀਆਂ ਇਹ ਸਾਡੀ ਰੀਸ ਕਰਨ ਲੱਗਾ ਸੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿੱਥੇ ਭਗਤੀ ਹੋਵੇਗੀ, ਸਿਮਰਨ ਹੋਏਗਾ ਪਿਆਰੀ ਸਾਧ ਸੰਗਤ, ਉੱਥੇ ਨਿਮਰਤਾ ਹੋਵੇਗੀ। ਯਾਦ ਰੱਖਣਾ, ਉੱਥੇ ਕਿੰਤੂ ਪਰੰਤੂ ਨਹੀਂ, ਤੂੰ ਤੂੰ ਮੈਂ ਨਹੀਂ ਹੋਵੇਗੀ। ਜਿਸ ਘਰ ਵਿੱਚ ਨਾਮ ਦਾ ਨਿਵਾਸ ਹੈ, ਤੋ ਆਓ ਅਸੀਂ ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜਿਆ ਕਰੀਏ, ਆਪਣੇ ਬੱਚਿਆਂ ਨੂੰ ਵੀ ਬਿਠਾਇਆ ਕਰੀਏ, ਜਦੋਂ ਪਾਠ ਕਰਦੇ ਹਾਂ ਉਹਨਾਂ ਦੇ ਕੰਨਾਂ ਵਿੱਚ ਵੀ ਬਾਣੀ ਦਾ ਰਸ ਪਵੇ, ਅਸੀਂ ਵੀ ਜਾਗ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰੀਏ, ਆਪਣਾ ਨਿਤਨੇਮ ਕਰੀਏ। ਜੋ ਵੀ ਕੋਈ ਕਿਸੇ ਦਾ ਧਰਮ ਹੈ, ਸੁਭਾਗ ਹੈ, ਉਹ ਆਪਣੇ ਧਰਮ ਵਿੱਚ ਪਰਪੱਕ ਹੋਵੇ। ਜਿਹੜਾ ਆਪਣੇ ਆਪ ਨੂੰ ਸਿੰਘ ਸਦਾਉਂਦਾ, ਅੰਮ੍ਰਿਤ ਛਕੋ, ਗੁਰੂ ਕੀ ਮੋਹਰ ਲਗਵਾਓ, ਤੁਹਾਡਾ ਸੰਸਾਰ ਤੇ ਆਉਣਾ ਸਫਲ ਹੋ ਜਾਵੇਗਾ। ਮਹਾਰਾਜ ਦਾ ਬਚਨ ਹੈ,
ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਤੋ ਆਓ ਗੁਰੂ ਵਾਲੇ ਬਣ ਕੇ ਨਿਤਨੇਮ ਕਰਾਂਗੇ, ਅੰਮ੍ਰਿਤ ਵੇਲੇ ਜਾਗਾਂਗੇ, ਗੁਰੂ ਕੀਆਂ ਸੰਗਤਾਂ ਦੀ ਸੇਵਾ ਕਰਾਂਗੇ ਤਾਂ ਲੋਕ ਸੁਖੀ ਪਰ ਲੋਕ ਸੁਹੇਲਾ ਹੋ ਜਾਏਗਾ। ਇਸ ਲਈ ਗੁਰੂ ਅਮਰਦਾਸ ਪਖੰਡ ਦੀ ਭਗਤੀ ਨੂੰ ਨਿੰਦਦੇ ਹੋਏ ਕੀ ਕਹਿ ਰਹੇ ਹਨ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨ ਪਾਇਆ ਜਾਏ, ਰਾਮ ਨ ਪਾਇਆ।